ਵੱਲੋਂ ਨਵਨੀਤ ਸਿੰਘ ਬਿੱਟੂ ਤੇ ਕੀਤੀ ਕਾਰਵਾਈ ਦੇ ਮਾਮਲੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਖੂਬ ਘੇਰਿਆ। ਉਹਨਾਂ ਨੇ ਕਿਹਾ ਕਿ ਬੀਜੇਪੀ ਉਮੀਦਵਾਰ ਦੀ ਮਦਦ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਸਟੰਟ ਹੈ। ਰਵਨੀਤ ਬਿੱਟੂ ਲੋਕ ਹਮਦਰਦੀ ਪਾ ਸਕੇ ਇਸ ਦੇ ਲਈ ਆਮ ਆਦਮੀ ਪਾਰਟੀ ਨੇ ਸਟੰਟ ਕੀਤਾ। ਕਬਜ਼ਾ ਕੀਤੇ ਘਰ ਤੋਂ ਕੱਢੇ ਜਾਣ ਅਤੇ ਹਮਦਰਦੀ ਪਾ ਸਕਣ ਰਵਨੀਤ ਸਿੰਘ ਬਿੱਟੂ ਸਟੰਟਬਾਜ਼ੀ ਕਰਾਰ ਦਿੱਤੀ ਗਈ ਹੈ ਰਾਜਾਵੜਿੰਗ ਦੁਆਰਾ। ਰਾਜਾਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਕੋਲ ਪਹਿਲਾਂ ਹੀ ਦਿੱਲੀ ਦੇ ਵਿੱਚ ਸਰਕਾਰੀ ਰਿਹਾਇਸ਼ ਹੈ। ਬਿੱਟੂ ਕੋਲ ਦੋ ਥਾਵਾਂ 'ਤੇ ਸਰਕਾਰੀ ਰਿਹਾਇਸ਼ ਨਹੀਂ ਹੋ ਸਕਦੀ।